ਸਤਿ ਸ਼੍ਰੀ ਅਕਾਲ, ਮੈਂ ਭਾਵਨਾ। ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕੋਰੋਨਾ ਵਾਇਰਸ ਦੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ, ਕਈ ਦਿਨਾਂ ਦਾ ਰਾਸ਼ਨ ਇਕੱਠਾ ਕਰ ਰਹੇ ਨੇ ਲੋਕ। ਭੀੜ ਵਾਲੇ ਇਲਾਕੇ ਕੀਤੇ ਬੰਦ, ਪਵਿੱਤਰ ਅਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਜੀ ਦਾ ਦਰ ਵੀ ਕੀਤਾ ਗਿਆ ਬੰਦ। ਹੁਣ ਦੂਰਬੀਨ ਰਾਹੀਂ ਵੀ ਕਰਤਾਰਪੁਰ ਲਾਂਘੇ ਦੇ ਦਰਸ਼ਨ ਨਹੀਂ ਕੀਤੇ ਜਾ ਸਕਣਗੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੇ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਲੋਕ ਘਰਾਂ 'ਚ ਕਈ ਦਿਨਾਂ ਦਾ ਰਾਸ਼ਨ ਇਕੱਠਾ ਕਰ ਰਹੇ ਨੇ ਤਾਂ ਕਿ ਆਉਣ ਵਾਲੇ ਦਿਨਾਂ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ। ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ 'ਚ ਫੈਲ ਰਹੀਆਂ ਅਫਵਾਹਾਂ ਦੇ ਡਰ ਕਾਰਨ ਲੋਕਾਂ ਨੇ ਖਾਣ ਪੀਣ ਦਾ ਸਮਾਨ ਘਰਾਂ 'ਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਦੀ ਸੱਚਾਈ ਜਾਣਨ ਲਈ ਸਾਡੇ ਪੱਤਰਕਾਰ ਨੇ ਇਸ ਬਾਰੇ ਜਾਣਨਾ ਚਾਹਿਆ ਤਾਂ ਲੋਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਜੋ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਨੇ ਉਸ ਦੇ ਚੱਲਦੇ ਸਾਨੂੰ ਰੋਜ਼ਾਨਾ 'ਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਖਰੀਦਣੀਆਂ ਪੈ ਰਹੀਆਂ ਨੇ। ਜੋ ਵੀ ਦਾ ਸਮਾਨ ਜਿਹੜਾ ਸਾਨੂੰ ਰੂਟੀਨ 'ਚ ਚਾਹੀਦਾ ਹੁੰਦਾ ਉਹ ਖਰੀਦ ਰਹੇ ਹਾਂ। ਕਾਰਨ ਕੀ ਹੈ? ਅੱਜ ਕੱਲ੍ਹ ਅਫਵਾਹ ਫੈਲੀ ਹੋਈ ਹੈ ਕਿ ਕੋਰੋਨਾ ਵਾਇਰਸ ਅੱਜ ਕੱਲ੍ਹ ਮਤਲਬ ਬੰਦ ਹੋ ਰਿਹਾ, ਸਾਰੇ 31 ਮਾਰਚ ਤੱਕ ਸਾਰੀਆਂ ਚੀਜ਼ਾਂ ਬੰਦ ਹੋ ਰਹੀਆਂ, ਮੰਡੀ ਵੰਡੀ ਸਭ ਬੰਦ ਹੋ ਰਹੀ ਹੈ, ਤਾਂ ਕਰਕੇ ਆਪਾਂ ਆਪਣੀ ਜ਼ਰੂਰਤ ਦਾ ਸਮਾਨ ਖਰੀਦਦੇ ਹਾਂ ਜਿਹੜਾ ਸਾਨੂੰ ਡੇਲੀ ਯੂਜ਼ 'ਚ ਕਦੀ ਆਉਂਦਾ ਤਾਂ ਉਹ ਖਰੀਦਦੇ ਪਏ, ਆਟਾ ਵਗੈਰਾ। ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ, ਘਬਰਾਉਣ ਦੀ ਲੋੜ ਨਹੀਂ, ਨਾ ਤਾਂ ਸਬਜ਼ੀ ਮੰਡੀ ਬੰਦ ਹੋ ਰਹੀ, ਨਾ ਕਰਿਆਨੇ ਦੀਆਂ ਦੁਕਾਨਾਂ ਬੰਦ ਹੋ ਰਹੀਆਂ, ਜਿਹੜੀਆਂ ਰੋਟੀਨ ਦੀਆਂ ਚੀਜ਼ਾਂ ਗੀਆਂ ਉਹ ਤੁਹਾਨੂੰ ਬਿਲਕੁਲ ਉੱਦਾਂ ਹੀ ਮਿਲੂਗੀਆਂ ਜਿੱਦਾਂ ਮਿਲਦੀਆਂ। ਠੀਕ ਹੈ, ਅਤੇ ਪਰ ਨਾ ਅਫਵਾਹ ਅੱਜ ਕੱਲ੍ਹ ਫੈਲੀ ਹੋਈ ਹੈ ਕਿ ਜਿੱਦਾਂ ਆਪਾਂ ਲੋਕ ਵੀ ਪਰੇਸ਼ਾਨ ਆਏ ਪਏ ਨੇ ਕਿ ਸਾਰੇ ਬੰਦ ਚੀਜ਼ਾਂ ਹੋ ਰਹੀਆਂ ਨੇ, ਆਪਾਂ ਕੀ ਕਰਾਂਗੇ ਫਿਰ ਰੂਟੀਨ ਦੀ ਡੇਲੀ ਚੀਜ਼ਾਂ ਨਾਲ, ਸਾਨੂੰ ਕੋਈ ਸਮਾਨ ਚਾਹੀਦਾ ਹੋ, ਕੋਈ ਆਲੂ ਸਬਜ਼ੀ ਕੁਛ ਵੀ ਚਾਹੀਦਾ ਹੋਊਗੀ, ਮੰਡੀ ਦੇ ਅੱਗੇ ਹੀ ਰਸ਼ ਬਹੁਤ, ਕੱਲ੍ਹ ਵੀ ਬਹੁਤ ਰਸ਼ ਸੀਗਾ, ਅੱਜ ਵੀ ਬਹੁਤ ਰਸ਼ ਹੈਗਾ, ਆਪਾਂ ਤਾਂ ਰੂਟੀਨ ਦੀਆਂ ਚੀਜ਼ਾਂ ਲੈਣ ਆਏ ਹਾਂ ਕਿ ਸਾਨੂੰ ਲੋੜ ਪਵੇ ਕਿ ਆਪਾਂ ਜ਼ਰੂਰਤਮੰਦ ਖਰੀਦ ਸਕੀਏ ਆਪਾਂ ਆਪਣੀਆਂ ਚੀਜ਼ਾਂ। ਅਫਵਾਹ ਸਾਨੂੰ ਫੈਲੀ ਹੋਈ ਮਿਲੀ ਹੈ ਕਿ ਘਰ ਸਮਾਨ ਸਟੋਕ ਕਰ ਲਓ ਮਹੀਨੇ ਦਾ, ਪਤਾ ਨਹੀਂ ਕਦੋਂ ਦੁਕਾਨਾਂ ਬੰਦ ਹੋ ਜਾਣੀਆਂ ਨੇ, ਇਸ ਕਰਕੇ ਘਰ ਦਾ ਸਟੋਕ ਸਾਰਾ ਇਕੱਠਾ ਕਰਕੇ ਰੱਖਦੇ ਪਏ ਆ। ਪਰ ਮੈਂ ਇਹ ਸਮਝਦੀ ਹਾਂ ਵੀ ਸਟੋਕ ਇਕੱਠਾ ਨਾ ਕਰੋ, ਘਰ ਦੀ ਸਫਾਈ ਰੱਖੋ, ਆਪਣੀ ਸਫਾਈ ਰੱਖੋ, ਆਸ ਪੜੋਸ ਵਾਲਿਆਂ ਨੂੰ ਸਫਾਈ ਕਰਨ ਦਾ ਰਸਤਾ ਦੱਸੋ, ਅਤੇ ਕਦੀ ਕੋਈ ਬਿਮਾਰੀ ਨੇੜੇ ਨਹੀਂ ਆਏਗੀ। ਇਹ ਬਿਮਾਰੀ ਸਿਰਫ ਇੱਕ ਉੱਥੇ ਬਾਹਰ ਆਈ ਹੈਗੀ, ਇੱਥੇ ਤਾਂ ਸਾਰੇ ਤੰਦਰੁਸਤ ਹੈ, ਕਹਿ ਕਹਿ ਕੇ ਲੋਕਾਂ ਨੇ ਬੂਹੇ ਕੇ ਕੂੜੇ ਸੁੱਟ ਸੁੱਟ ਕੇ ਅਤੇ ਆਪੇ ਹੀ ਬਿਮਾਰੀ ਫੈਲਾ ਰਹੇ ਨੇ। ਉੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਮਾਤਰਾ 'ਚ ਸਮਾਨ ਖਰੀਦ ਰਹੇ ਨੇ। ਪਾਟੀ ਸੁਪਰ ਸਟੋਰ ਯਾਨੀ ਕਰਿਆਨੇ ਦੀ ਦੁਕਾਨ, ਕਰਿਆਨੇ ਦੀ ਦੁਕਾਨ ਦੇ ਵਿੱਚ ਕਿੰਨਾ ਕੁ ਫਰਕ ਪਿਆ ਤੁਹਾਡੇ ਕੋਲ? ਕੱਲ੍ਹ ਦੇਖਿਆ ਗਿਆ ਤੁਹਾਡੀ ਦੁਕਾਨ 'ਤੇ ਵੀ ਮੇਲਾ ਪੂਰਾ ਲੱਗਾ ਹੈ, ਦੁਕਾਨ ਕੋਈ ਕਾਫੀ ਦੇਰ ਲੇਟ ਬੰਦ ਕੀਤੀ, ਕਾਰਨ ਕੀ ਹੈ? ਕਾਰਨ ਇਹ ਵੀ ਲੋਕ ਕੋਰੋਨਾ ਵਾਇਰਸ ਤੋਂ ਘਬਰਾਏ ਪਏ ਨੇ ਬਹੁਤ, ਅਤੇ ਉਹਨਾਂ ਨੂੰ ਅਫਵਾਹ ਫੈਲੀ ਹੈ ਵੀ ਸ਼ਹਿਰ ਦੀਆਂ ਮੰਡੀਆਂ ਬੰਦ ਹੋ ਰਹੀਆਂ, ਦੁਕਾਨਾਂ ਬੰਦ ਹੋ ਰਹੀਆਂ, ਕੋਈ ਇੱਦਾਂ ਦੀ ਗੱਲ ਕੋਈ ਨਹੀਂ, ਮਾਰਕੀਟ ਕੋਈ ਬੰਦ ਹੁੰਦੀ, ਕੋਈ ਮੰਡੀਆਂ ਬੰਦ ਨਹੀਂ, ਸਿਰਫ ਅਫਵਾਹਾਂ ਮੈਂ ਇਸ ਗੱਲ ਦੇ ਉੱਤੇ ਲਵੀ, ਲੋਕ ਘਬਰਾ ਬਹੁਤ ਗਏ ਨੇ ਔਰ ਗਾਹਕ ਬਹੁਤ ਸਮਾਨ ਲਿਜਾ ਰਿਹਾ। ਕੱਲ੍ਹ ਕਾਫੀ ਤੁਸੀਂ ਲੇਟ ਦੁਕਾਨ ਬੰਦ ਕੀਤੀ ਹੈ, ਕਾਫੀ ਰਸ਼ ਸੀਗਾ, ਲੋਕ ਕਿੰਨਾ ਕੁ ਸਮਾਨ ਤੁਹਾਡੇ ਕੋਲ ਖਰੀਦ ਕੇ ਲੈ ਗਏ? ਲੋਕ ਬਹੁਤ ਘਰ ਦੇ ਜ਼ਰੂਰਤਮੰਦ ਆਈਟਮਾਂ ਲੈ ਗਏ, ਰਾਸ਼ਨ ਆਪਣੀ ਰਸੋਈ ਦਾ ਸਮਾਨ ਬਹੁਤ ਖਰੀਦ ਕੇ ਲੈ ਗਏ। ਕਿੰਨਾ ਕੁ ਲੈ ਗਏ ਕਿਲੋ ਦੇ ਹਿਸਾਬ ਨਾਲ? ਕਿੰਨਾ ਕੁਆਂਟਿਟੀ ਅੱਗੇ ਨਾ ਵਧਾ ਕੇ ਲੈ ਗਏ, ਜਿਹੜਾ ਕਿਲੋ ਜ਼ਰੂਰ ਸੀ ਉਹ ਅਗਰ 2-2.5 ਕਿਲੋ ਪਰਚੇਜ਼ ਕਰ ਗਿਆ, ਜਿਹਨੂੰ 5 ਕਿਲੋ ਖੰਡ ਦੀ ਲੋੜ ਸੀ ਉਹ 10 ਕਿਲੋ ਖੰਡ ਲੈ ਗਿਆ, ਜਿਹਨੂੰ ਤੇਲ ਦੀ 1 ਲੀਟਰ ਬੋਤਲ ਲੋੜ ਸੀ ਉਹ 5 ਲੀਟਰ ਤੇਲ ਲੈ ਗਿਆ ਸਰਸੋਂ ਦਾ, ਇੱਦਾਂ ਦੇ ਲੋਕਾਂ ਨੇ ਨਾ ਬਹੁਤ ਘਬਰਾਹਟ ਜੋਈ ਪਈ ਹੈ, ਉਸ ਕਰਕੇ ਲੋਕ ਘਬਰਾਏ ਬਹੁਤ ਹੋਏ ਨੇ, ਉਹ ਲੋਕ ਆਪਣੇ ਘਰ ਸਟੋਕ ਕਰ ਰਹੇ ਨੇ ਸਮਾਨ ਦਾ। ਬਾਕੀ ਇੱਦਾਂ ਦੀ ਗੱਲ ਕੋਈ ਨਹੀਂ, ਕੋਈ ਦੁਕਾਨਾਂ ਬੰਦ ਨਹੀਂ, ਕੋਈ ਸਟੋਰ ਬੰਦ ਨਹੀਂ, ਕੋਈ ਮੰਡੀ ਬੰਦ ਨਹੀਂ, ਹਰ ਚੀਜ਼ ਅਵੇਲੇਬਲ ਹੈ, ਕੋਈ ਇਹ ਨਹੀਂ ਵੀ ਕੋਈ ਕਰਿਆਨੇ ਦੀਆਂ ਆਈਟਮਾਂ ਦੇ ਕੋਈ ਭਾਅ ਵਧੇ ਹੋਣ, ਕੋਈ ਭਾਅ ਨਹੀਂ ਵਧੇ ਇਸ ਤਰ੍ਹਾਂ ਦੇ, ਕੋਈ ਗੱਲ ਨਹੀਂ, ਕੋਈ ਲੋਕਾਂ ਨੂੰ ਆਮ ਚੀਜ਼ ਨੋਰਮਲ ਮਿਲ ਰਹੀ ਹੈ, ਪਰ ਲੋਕਾਂ ਦੀ ਕੋਰੋਨਾ ਵਾਇਰਸ ਦੀ ਘਬਰਾਹਟ ਬਹੁਤ ਹੋਈ ਵੀ ਲੋਕਾਂ ਨੂੰ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੋਰੋਨਾ ਵਾਇਰਸ ਕਾਰਨ ਜਿੱਥੇ ਦੇਸ਼ 'ਚ ਸਰਕਾਰੀ ਤੌਰ 'ਤੇ ਹਰੇਕ ਉਹ ਸਥਾਨ ਬੰਦ ਕੀਤੇ ਜਾ ਰਹੇ ਨੇ ਜਿੱਥੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ, ਇਸ ਨੂੰ ਲੈ ਕੇ ਹਿਮਾਚਲ ਦੇ ਤੀਰਥ ਸਥਾਨਾਂ ਨੂੰ ਵੀ ਸ਼ਰਧਾਲੂਆਂ ਲਈ ਬੰਦ ਕੀਤਾ ਗਿਆ ਹੈ। ਅਤੇ ਉੱਥੇ ਹੀ ਸਰਕਾਰ ਵੱਲੋਂ ਨੂਰਪੁਰ ਬੇਦੀ ਦੇ ਪਵਿੱਤਰ ਅਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਜੀ ਦਾ ਦਰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਵਾਇਰਸ ਕਾਰਨ ਜਿੱਥੇ ਭਾਰਤ 'ਚ 4 ਮੌਤਾਂ ਹੋ ਚੁੱਕੀਆਂ ਨੇ, ਉੱਥੇ ਹੀ ਦੇਸ਼ ਦੇ ਵਿੱਚ ਕਈ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ। ਪਿਛਲੇ ਦਿਨਾਂ 'ਚ ਹਿਮਾਚਲ ਦੇ ਤੀਰਥ ਸਥਾਨਾਂ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ, ਉੱਥੇ ਹੀ ਹੁਣ ਨੂਰਪੁਰ ਬੇਦੀ ਦੇ ਪਵਿੱਤਰ ਅਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦੱਸਣਯੋਗ ਹੈ ਕਿ ਪੀਰ ਬਾਬਾ ਜਿੰਦਾ ਸ਼ਹੀਦ ਦੇ ਅਸਥਾਨ ਤੇ ਹਰ ਵੀਰਵਾਰ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਜਾਬ ਤੇ ਹਿਮਾਚਲ ਦੇ ਥਾਵਾਂ ਤੋਂ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ, ਜਿਸ ਦੇ ਚੱਲਦਿਆਂ ਹੀ ਵੀਰਵਾਰ ਵਾਲੇ ਦਿਨ
सवेर तो ही पीर बाबा जिंदा शहीद के स्थान से मेला लग्या हुआ सी, पर प्रशासन के वलों 5 बजे के करीब इस नूं बंद करन दा फैसला ले लिया गया ते मौके ते मौजूद श्रद्धालुओं नूं इस स्थान तो बाहर भेज दिता गया। इतने भी दस दिए कि इन्ना ही नहीं सगों इस मार्केट के बाहर लगिया हुई दुकानों नूं भी बंद कर दिता गया। वाहिगुरु जी का खालसा, वाहिगुरु जी की फतेह। करोना वायरस जो कि आल वर्ल्ड दे विच अपना पैर पसार चुका है और बहुत ज़्यादा जानी नुकसान हो चुका है और पंजाब दे विच भी नवी शुरुआत जो पता लगे कि हो चुकी है और ये मद्देनज़र SSP साहब, DC साहबान उन्होंने वालों जो हुक्म आए हैं पीर बाबा जिंदा शहीद गुरद्वारा साहब विखे अज जेठा वीरवार, हर वीरवार को बहुत ज़्यादा संगत इत्थे नतमस्तक होंदी है और हुणे हुक्म आए हैं SHO साहब नूरपुर बेदी वालों सानू जो कि आप ग्रंथी हाँ गुरद्वारा साहब के अंदर उस टाइम असी अनाउंसमेंट कर दी कि जोड़ी संगत दरबार के विच है वह जल्दी तो जल्दी नतमस्तक हो के कृपा करके गुरद्वारा साहब तो बाहर जाने की कृपालता कर। सो सारिया संगत हुण बाहर चले गई हैं और अंदर गुरद्वारा साहब के विच सिर्फ ग्रंथी और सेवादार जो इत गुरद्वारे हैं उही हैं और असी इस फैसले का जो सरकार के वलों वड्डा फैसला लिया गया है असी स्वागत करते हैं। गुरु रामदास सेवा सोसायटी जो PGI में फ्री बसा लैके जाती है संतों के सहयोग दे वो भी बहुत इन्हों का धन्यवाद करती है, बहुत वधिया फैसला लिया है। वाहिगुरू जी का खालसा, वाहिगुरू जी की फतेह। जैसे हर वीरवार की तरह इतने अज भी मेला सीगा, बट आप लोगों को सवेर तो जागरूक करा रहे हैं, अनाउंसमेंट कराई पहले पिंड कई दिनों तो पिंड अनाउंसमेंट चल रही है, आप वीर बाबा जिंदा शहीद सोसायटी वालों भी इतने आप अनाउंसमेंट कराई हैं कि अपने हाथ चंगी तरह धोन, तो उस तो इलावा हैंड सैनिटाइजर का यूज़ करन, वो तो वह कोशिश करन कि घरें रहन, भीड़ भड़ाके वाले एरिए ना जान, स्पैशली बच्चे तो बुजुर्ग अपने घरें रहन क्योंकि उनकी इम्यूनिटी घट होंगी है। बट इतने फिर भी लोग काफ़ी रश आ रहा है तो उन्होंने असी कोशिश की अपने वालों मास्क प्रोवाइड करे जान, तो आप देख सकते इतने असं मास्क लेके आए तो ऑलमोस्ट सारे खत्म हो गए हैं, थोड़े रह गए हैं, फिर उसके बाद आप सब जगह खाली कराई है, तो जिन्ना हो सके आप घट तो घट लोग आन इतने, तो यही आप जागरूक करा रहे हैं। अपनी यही कोशिश है कि घट लोगों अवेयरनैस हो, पैनिक ना करें, अवेयरनैस हो सारे। नूरपुर बेदी तो विमल सैनी, दैनिक सवेरा TV। कोरोना वायरस के चलदे करतारपुर लांघे के दर्शनों से रोक लगा दी गई सी, काफ़ी श्रद्धालुओं नूं वापस मोड़ दिता गया सी, ते उत्थे ही हुण लोग दूरबीन राही भी दर्शन नहीं कर सकणगे, जिस चलदे श्रद्धालुओं च मायूसी पाई जा रही है। कोरोना वायरस ने पूरे भारत दे विच जिहड़ी दस्तक दे दित्ती है, जिस तों बाद एहतियातन तौर ते सरकार दे वल्लों लोकां दे बचाव दे लई काफ़ी वड्डे वड्डे उपराले कीते जा रहे हैं। पिछले दिनी करतारपुर साहब कोरीडोर जिहड़ा सरकार दे वल्लों एहतियात वरतदे होए जिहड़ा बंद कर दिता गया सी, ते हुण जिहड़ा लोग जिहड़े करतारपुर साहब नहीं सन जा पाउंदे उन्हां तों बाद जिहड़े इत्थे दर्शन स्थल बनाया गया सी, जित्थों कि लोग दूरबीन जरिए जिहड़े दर्शन कर पाउंदे सन, क्योंकि किते ना किते जिहड़ा पाकिस्तान नहीं सी जा पाउंदा वह दूरबीन जरिए दर्शन करके किते ना किते अपने आप नूं जिहड़ा सुभागा समझदा सी। जिस तों बाद हुण एहतियात वरतदे होए भारत सरकार दे वल्लों ते पंजाब सरकार दे वल्लों यह दर्शन स्थल भी जिहड़ा बंद कर दिता गया है। तुसीं वेख सकते हो कि प्रॉपर बैरीकेटिंग करके हर आने जाने वाले श्रद्धालु नूं इत्थों वापस मोड़िया जा रहा है, क्योंकि किते ना किते सरकार दे वल्लों जिहड़ियां सावधानियां वरतदे होए इस करतारपुर कोरीडोर नूं भी बंद किया गया सी, ते हुण जिहड़ा दूरबीन जरिए जिहड़े लोग देखण जांदे सन उस नूं भी बंद कर दिता गया है, क्योंकि एडवाइजरी दे विच भी साफ तौर पर सरकार दे वल्लों जिहड़ियां सावधानियां दे विच लिखा गया सीगा कि ज़्यादा लोग एक जगह पर इकट्ठे ना होण, ते ज़्यादा लोग एक जगह पर इकट्ठे होण तों गुरेज़ भी करन, ते एक दूजे नाल हैंडशेक करन तों गुरेज़ करन। ते तुसीं वेख सकते हो कि जिहड़ियां प्रॉपर तरीके दे नाल जिहड़ी इत्थे चैकिंग की जा रही है, ते बहुत ही जिहड़ा सुचारू ढंग दे नाल जिहड़े लोगों नूं समझाया जा रहा है, क्योंकि किते ना किते करोना वायरस का कहर पूरा जारी है भारत दे विच, ते पंजाब दे विच भी एक दो मामले जिहड़े सामने आ चुके ने। साडे नाल श्रद्धालु ने कुछ जिहड़े कि दर्शन करन दे लई आए सन, पर किते ना किते करोना वायरस दे सावधानियां वरतदे आ उन्हां नूं नहीं जाण दिता गया। साडे नाल हां जी की कहना चाहुंदे आ जी, जान नहीं दिता गया, कित्थों आए हो तुसीं? असीं पट्टी शहर तों आए आ जी, तहसील कर जिला तरनतारन तों जी। असीं सानूं इस गल दा नहीं सी पता वी 31 तरीक तक बंद किया गया है, इस करके अं आए हाँ। हूँ सू मुलाजमान तो पता लगा इस गल का भी ये बंद आ, तो हूँ असी फिर जो ये जड़ा बीमारी चली है कोरोना वायरस, जो ये थोड़ा जहाँ
ਖਤਮ ਹੋ ਜਾਊਗਾ ਤੇ ਫਿਰ ਅਸੀਂ ਆਵਾਂਗੇ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੀ ਜਿਹੜੀ ਇਹ ਕਦਮ ਹੈ ਇਹਨੂੰ ਕਿੱਦਾਂ ਦਾ ਕਹਿਣਾ ਚਾਹੁੰਦੇ? ਵਧੀਆ ਕਦਮ ਹੈ ਸਰਕਾਰ ਦਾ, ਬਹੁਤ ਵਧੀਆ ਕਦਮ ਹੈ ਜੀ ਇਹ ਜਿਹੜਾ ਆਪਾਂ ਸਰਕਾਰ ਇਹ ਕਰਨ ਡਈ ਹੈ, ਬਹੁਤ ਵਧੀਆ ਕੰਮ ਕਰਨ ਡਈ। ਸਾਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਵੀ ਅਸੀਂ ਆਏ ਹਾਂ ਵਾਪਸ ਚੱਲ ਚੱਲੇ ਹਾਂ, ਅਸੀਂ ਫਿਰ ਆ ਜਾਵਾਂਗੇ, ਸਾਨੂੰ ਇਹਦੇ ਵਿੱਚ ਕੋਈ ਨਹੀਂ ਗਾ। ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਤੁਸੀਂ ਦਰਸ਼ਨ ਕਰਨ ਆਏ? ਹਾਂਜੀ ਚੱਲੇ ਹਾਂ ਜੀ, ਵਾਪਸ ਚੱਲੇ ਹਾਂ ਹੁਣ, ਪਰ ਸਰਕਾਰ ਜੋ ਕਰ ਰਹੀ ਆ ਆਪਣੇ ਵਾਸਤੇ ਕਰ ਰਹੀ ਆ, ਮਤਲਬ ਆਪਣੀ ਸੇਫਟੀ ਵਾਸਤੇ ਕਰ ਰਹੀ ਹੈ ਸਰਕਾਰ, ਤੇ ਇਹ ਜੋ ਕੀਤਾ ਜਾ ਰਿਹਾ ਵਧੀਆ ਹੈ। ਆਪਣੇ ਵਾਸਤੇ ਹੀ ਆ ਕਿ ਇੱਕ ਜਗ੍ਹਾ ਜ਼ਿਆਦਾ ਜੇ ਪਰਸਨ ਨਾ ਇਕੱਠੇ ਹੋਣ ਤੇ ਵਧੀਆ ਗੱਲ ਆ, ਪਰ ਹੁਣ ਅਸੀਂ ਜਾ ਰਹੇ ਹਾਂ, ਵਾਪਸ ਜਾ ਰਹੇ ਹਾਂ, ਫਿਰ ਆਵਾਂਗੇ, ਕੋਈ ਪਰੇਸ਼ਾਨੀ ਨਹੀਂ ਜੀ। ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਲੋਕ ਕਿਤੇ ਨਾ ਕਿਤੇ ਸੰਤੁਸ਼ਟ ਨੇ ਸਰਕਾਰ ਦੇ ਇਸ ਫੈਸਲੇ ਤੋਂ, ਕਿਉਂਕਿ ਕੋਰੋਨਾ ਵਾਇਰਸ ਦਾ ਕਹਿਰ ਬਹੁਤ ਜ਼ਿਆਦਾ ਵੱਧ ਚੁੱਕਿਆ, ਜਿਸ ਨੂੰ ਅਹਿਤਿਆਤਨ ਦੇ ਤੌਰ ਤੇ ਇਸ ਨੂੰ ਬੰਦ ਕੀਤਾ ਗਿਆ ਹੈ। ਹਾਲਾਂਕਿ 31 ਮਾਰਚ ਤੱਕ ਇਸ ਨੂੰ ਬੰਦ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਇਸ ਨੂੰ ਜਿਹੜਾ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ, ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਇਹ ਕੋਰੋਨਾ ਵਾਇਰਸ ਪੂਰੇ ਭਾਰਤ ਦੇ ਵਿੱਚੋਂ ਖਤਮ ਹੁੰਦਾ ਤੇ ਕਦੋਂ ਜਿਹੜਾ ਜਨ ਜੀਵਨ ਹੈ ਦੁਬਾਰਾ ਦੀ ਤਰ੍ਹਾਂ ਫਿਰ ਚੱਲ ਪਾਉਂਦਾ। ਕੈਮਰਾਮੈਨ ਕਵਲ ਜੀ ਦੇ ਨਾਲ ਸਾਹਿਲ ਮਹਿਤਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ। ਪਠਾਨਕੋਟ ਦੇ ਸਿਵਲ ਹਸਪਤਾਲ 'ਚ ਇੱਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਚੈੱਕਅਪ ਲਈ ਲਿਆਂਦਾ ਗਿਆ। ਇਹ ਨੌਜਵਾਨ ਗੁਹਾਟੀ ਦਾ ਰਹਿਣ ਵਾਲਾ ਹੈ ਤੇ ਟ੍ਰੇਨ 'ਚ ਸਫਾਈ ਦਾ ਕੰਮ ਕਰਦਾ ਹੈ। ਬੁਖਾਰ ਖਾਂਸੀ ਹੋਣ ਦੀ ਵਜ੍ਹਾ ਨਾਲ ਇਸ ਨੂੰ ਚੈੱਕਅਪ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। ਪਠਾਨਕੋਟ ਦੇ ਸਿਵਲ ਹਸਪਤਾਲ 'ਚ ਇੱਕ ਨੌਜਵਾਨ ਨੂੰ ਭਰਤੀ ਕੀਤਾ ਗਿਆ ਹੈ ਜੋ ਕਿ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਨੌਜਵਾਨ ਗੁਹਾਟੀ ਦਾ ਰਹਿਣ ਵਾਲਾ ਹੈ ਤੇ ਟ੍ਰੇਨ 'ਚ ਸਫਾਈ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਬੁਖਾਰ ਸੀ ਤੇ ਲੋਕਾਂ ਨੇ ਉਤਾਰ ਕੇ ਇਸ ਨੂੰ ਸ਼ੱਕੀ ਹਾਲਤ ਵਿੱਚ, ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਮਰੀਜ਼ ਸ਼ੱਕੀ ਸੀ, ਜਿਸ ਦੇ ਚੱਲਦਿਆਂ ਇਸ ਨੂੰ ਹਸਪਤਾਲ ਲੈ ਕੇ ਆਂਦਾ ਗਿਆ ਜਿਸ ਦੀ ਜਾਂਚ ਹੋ ਰਹੀ ਹੈ। ਕਰੋਨਾ ਦਾ ਸਸਪੈਕਟਡ ਹੈਗਾ, ਕਰੋਨਾ ਦਾ ਸਸਪੈਕਟਡ ਹੈ, ਬਾਕੀ ਸਰ ਕਹਿੰਦੇ ਨਹੀਂ ਹੈਗਾ। ਕਰੋਨਾ ਦਾ ਬਵਸ ਕੋਲੀ ਕਾ ਹੈ, ਆਸਮ ਕਾ ਰਹਿਣ ਵਾਲਾ ਹੂੰ, ਜਿਸ ਤੇ ਕੰਮ ਰੁਕ ਹਰ ਕਾਰਜ ਸਭ ਰੁਕ, ਮੈਂ ਉਹ ਵੀ ਸਫਾਈ ਕਰਮਚਾਰੀ ਹੂੰ, ਉਸਕਾ ਹਮਕੋ ਬੋਲਾ ਹੈ, ਹਮ ਸੁਪਰਵਾਈਜ਼ਰ ਹੈ, ਉਹ ਬੋਲ ਰਹਾ ਹੈ ਸੁਬਹ ਸੇ ਬੋਲਾ ਹਮਾਰ ਬੁਖਾਰ ਦਿਖਾ ਰਹੇ ਹੈ, ਇਸ ਕਾਮ ਕਾ ਟਾਈਮ ਮੈਂ ਬੁਖਾਰ ਬੁਖਾਰ ਬੋਲ ਰਹਾ ਹੈ, ਉਸਕੋ ਹਮ ਦੇਖਨੇ ਕੇ ਲਿਏ ਲਿਆ, ਆਪ ਕਿਸੀ ਕੋ ਇਨਫੋਰਮ ਕਰ ਦਿਆ, ਇਸੀ ਨੇ ਐਂਬੂਲੈਂਸ ਕਿਸੀ ਕੋ ਕੌਂਟਰ ਕੋ ਇਨਫੋਰਮ ਕੀਆ, ਕੌਂਟਰ ਵਾਲਾ ਐਂਬੂਲੈਂਸ ਸੇ ਆਪਕੋ ਇਸ ਹਸਪਤਾਲ ਸੇ। ये गाड़ी में ही काम करता है? हम लोग गाड़ी में काम करते हैं। जो लड़का लेके आए साथ में वो भी गाड़ी में काम करते हैं? वो भी गाड़ी में काम करते। क्या डाउट है कि कोरोना ना हो इसको इसलिए लेके आए? ये तो अभी परीक्षा करने से लेके तो इसीलिए आए हैं ना जी? नहीं सर, अभी तो परीक्षा करेगा उसका, तो सस्पेक्टेड है ना इसको, उसको तो जैसा लगता है। स्वेरा टाइम्स ले सुजानपुर तो गुरप्रीत मेहता की रिपोर्ट। ਪੰਜਾਬ ਦੇ ਮੋਗਾ ਕਸਬਾ ਧਰਮਕੋਟ ਦੇ ਪਿੰਡ ਬੁਡਵਾਲ ਦੇ ਮਜ਼ਦੂਰ ਪਰਿਵਾਰ ਦੇ 16 ਸਾਲ ਦੇ ਬੇਟੇ ਅਰਸ਼ਦੀਪ ਨੇ ਆਪਣੀ ਕੋਹਣੀ ਨਾਲ ਬਾਸਕਟਬਾਲ ਕਮਾਉਣ ਦਾ ਵਰਲਡ ਰਿਕਾਰਡ ਬਣਾਇਆ ਅਤੇ ਆਪਣਾ ਨਾਮ ਗਿਨੀਜ਼ ਬੁੱਕ 'ਚ ਦਰਜ ਕਰਵਾਇਆ। ਅਰਸ਼ਦੀਪ ਨੇ ਨੇਪਾਲ ਦੇ ਰਹਿਣ ਵਾਲੇ ਥਾਨੇਸ਼ਵਰ ਦਾ ਰਿਕਾਰਡ ਤੋੜ ਕੇ ਆਪਣੇ ਨਾਮ ਦਰਜ ਕਰਵਾਇਆ। ਦੱਸ ਦਈਏ ਕਿ ਅਰਸ਼ਦੀਪ ਤੋਂ ਪਹਿਲਾਂ ਸੰਦੀਪ ਨੇ ਵੀ 1 ਮਿੰਟ ਤੋਂ ਜ਼ਿਆਦਾ ਬਾਸਕਟਬਾਲ ਨੂੰ ਟੂਥਬ੍ਰਸ਼ 'ਤੇ ਕਮਾਉਣ ਦਾ ਰਿਕਾਰਡ ਬਣਾਇਆ ਸੀ। ਕਹਿੰਦੇ ਨੇ ਕਿ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਇਨਸਾਨ ਉਹ ਸਭ ਕੁਝ ਵੀ ਕਰ ਜਾਂਦਾ ਹੈ ਜੋ ਸੋਚਿਆ ਵੀ ਨਹੀਂ ਹੋਵੇ। ਅਜਿਹਾ ਹੀ ਕੁਝ ਕਰ ਦਿਖਾਇਆ ਪੰਜਾਬ ਦੇ ਮੋਗਾ ਕਸਬਾ ਧਰਮਕੋਟ ਦੇ ਪਿੰਡ ਬੱਡੂਵਾਲ ਦੇ ਮਜ਼ਦੂਰ ਪਰਿਵਾਰ ਦੇ 16 ਸਾਲ ਦੇ ਬੇਟੇ ਅਰਸ਼ਦੀਪ ਨੇ। ਅਰਸ਼ਦੀਪ ਨੇ ਆਪਣੀ ਕੋਹਣੀ ਨਾਲ ਬਾਸਕਟਬਾਲ ਘੁਮਾਉਣ ਦਾ ਵਰਲਡ ਰਿਕਾਰਡ ਬਣਾਇਆ ਅਤੇ ਆਪਣਾ ਨਾਮ ਗਿਨੀਜ਼ ਬੁੱਕ 'ਚ ਦਰਜ ਕਰਵਾਇਆ। ਅਰਸ਼ਦੀਪ ਨੇ ਨੇਪਾਲ ਦੇ ਰਹਿਣ ਵਾਲੇ ਥਾਨੇਸ਼ਵਰ ਦਾ ਰਿਕਾਰਡ ਤੋੜ ਕੇ ਰਿਕਾਰਡ ਦਰਜ ਕੀਤਾ। ਦੱਸ ਦਈਏ ਕਿ ਅਰਸ਼ਦੀਪ ਤੋਂ ਪਹਿਲਾਂ ਸੰਦੀਪ ਨੇ ਵੀ 1 ਮਿੰਟ ਤੋਂ ਜ਼ਿਆਦਾ ਬਾਸਕਟਬਾਲ ਨੂੰ ਟੂਥਬ੍ਰਸ਼ 'ਤੇ ਘੁਮਾਉਣ ਦਾ ਰਿਕਾਰਡ ਬਣਾਇਆ ਸੀ। ਇਹ ਬਚਪਨ ਤੋਂ ਗੇਮਾਂ ਦਾ ਸ਼ੌਕੀਨ ਸੀਗਾ ਜੀ, ਅਤੇ ਫਿਰ ਸੰਦੀਪ ਵੀਰੇ ਨੇ ਜੀ ਰਿਕਾਰਡ ਬਣਾਏ ਜੀ, ਅਤੇ ਉਹਨਾਂ ਨੂੰ ਦੇਖ ਕੇ ਮੈਂ ਜੀ ਆਪਦੀ ਪ੍ਰੈਕਟਿਸ ਕਰਨ ਲੱਗ ਗਿਆ ਜੀ, ਅਤੇ ਹੌਲੀ ਹੌਲੀ ਮੈਂ ਪ੍ਰੈਕਟਿਸ ਕਰਦਾ ਰਿਹਾ ਜੀ, ਘੁਮਾਉਣ ਲੱਗ ਗਿਆ ਜੀ, ਫਿਰ ਮੈਂ ਐਲਬੋ 'ਤੇ ਲੱਗਾ ਜੀ ਘੁਮਾਉਣ, ਅਤੇ ਫਿਰ ਮੈਂ ਬਾਈ ਨੇ ਸੰਦੀਪ ਨੇ ਵੇਖੀ ਵੀਡੀਓ ਜੀ, ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਜੀ ਇੱਥੋਂ ਤੱਕ ਪਹੁੰਚਣ ਦੀ। ਕਿੰਨੀ ਦੇਰ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ? ਮੈਨੂੰ ਜੀ 5 ਸਾਲ ਹੋ ਗਏ ਜੀ ਮਿਹਨਤ ਕਰਦੇ ਨੂੰ। 5 ਸਾਲ ਤੋਂ? ਹਾਂਜੀ। ਅਤੇ ਤੁਹਾਡਾ ਪੜ੍ਹਾਈ ਦੇ ਨਾਲ ਨਾਲ ਹੋਰ ਕੀ ਕਰਦੇ ਤੁਸੀਂ? ਪੜ੍ਹਾਈ ਦੇ ਨਾਲ ਨਾਲ ਹੀ ਮੈਂ ਮਜ਼ਦੂਰੀ ਕਰਦਾ ਜੀ। ਕਾਹਦੀ ਮਜ਼ਦੂਰੀ ਕਰਦੇ ਹੋ? ਅੱਜ ਬਾਹਰ ਮਤਲਬ ਕਿ ਦਿਹਾੜੀ ਦੁੜੀ ਜੀ। ਦਿਹਾੜੀ 'ਤੇ ਜਾਣਾ? ਹਾਂਜੀ। ਅਤੇ ਤੁਹਾਡੇ ਪਰਿਵਾਰ 'ਚ ਕਿੰਨੇ ਕੁ ਮੈਂਬਰ ਹੈਗੇ? ਕੌਣ ਕੌਣ ਹੈ ਪਰਿਵਾਰ 'ਚ? 4 ਮੈਂਬਰ ਹੈ ਜੀ, ਮੈਂ ਹਾਂ, ਬ੍ਰਦਰ ਆ, ਸਿਸਟਰ ਆ ਅਤੇ ਮੰਮੀ।
ਗਿਨੀਜ਼ ਬੁੱਕ ਦੇ ਵਿੱਚ ਜਿਹੜਾ ਨਾਮ ਆਇਆ ਇਹ ਕਦੋਂ ਤੁਸੀਂ ਅਪਲਾਈ ਕੀਤਾ ਸੀਗਾ? ਇਹ ਮੈਂ 19 ਨਵੰਬਰ ਨੂੰ ਅਪਲਾਈ ਕੀਤਾ ਸੀਗਾ ਜੀ। ਕਿੰਨੇ ਦੇਰ ਤੁਸੀਂ ਜਿਹੜਾ ਰਿਕਾਰਡ ਕਾਇਮ ਕੀਤਾ ਹੈਗਾ? ਇਹਨੂੰ ਲਾ ਕੇ ਗਈ 3 ਕੁ ਮਹੀਨੇ। ਰਿਕਾਰਡ ਕਿੰਨਾ ਕਾਇਮ ਕੀਤਾ ਤੁਸੀਂ? ਰਿਕਾਰਡ 16-32। ਪਹਿਲਾਂ ਕਿੰਨਾ ਸੀਗਾ ਜੀ? ਪਹਿਲਾਂ ਸੀਗਾ ਜੀ ਨੇਪਾਲ ਦਾ ਸੀਗਾ ਜੀ, ਥਾਨ ਸੇਵਾ ਗੁਰੂ ਜੀ, ਉਹਨਾਂ ਦਾ 11.8 ਸੀਗਾ ਜੀ ਸਿੰਘ। 11.8 ਮਿਲੀ ਸਿੰਘ। ਅੱਛਾ ਜੀ, ਅਤੇ ਤੁਹਾਡਾ 16.72 ਜੀ। ਹੁਣ ਗਾਹ ਕਰਨ ਦੀ ਕੀ ਉਮੀਦ ਹੈਗੀ ਤੁਹਾਡੀ? ਗਾਹ ਮੇਰੀ ਵੀ ਹੋਰ ਵੀ ਰਿਕਾਰਡ ਬਣਾਉਂਦੀ ਹੈ ਜੀ, ਨੋਜ਼ 'ਤੇ ਜੀ, ਪੈਰ ਦੇ ਅੰਗੂਠੇ 'ਤੇ ਜੀ, ਇੱਦਾਂ ਦੇ ਵਗੈਰਾ ਜੀ। ਜੇ ਗੱਲ ਕੀਤੀ ਜਾਵੇ ਘਰ ਦੇ ਖਰਚੇ ਤਾਂ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਤੁਸੀਂ? ਘਰ ਦਾ ਗੁਜ਼ਾਰਾ ਜੀ ਸਾਰਾ ਪਰਿਵਾਰ ਮਜ਼ਦੂਰੀ ਕਰਕੇ ਜੀ, ਮੇਰੀ ਪੜ੍ਹਾਈ ਦੀ ਫੀਸ ਦਿੰਦੇ ਆ ਜੀ, ਅਤੇ ਘਰ ਦਾ ਸੌਦਾ ਪੱਤਾ ਸਾਰਾ ਲਿਆਉਂਦੀ। ਸਰਕਾਰ ਵੱਲੋਂ ਤੁਹਾਨੂੰ ਕੁਛ ਨਹੀਂ ਜੀ? ਸਰਕਾਰ ਵੱਲੋਂ ਕੁਛ ਨਹੀਂ ਮਿਲਿਆ ਜੀ। ਹੁਣ ਤੁਹਾਡਾ ਨਾਮ ਕਦੋਂ ਰਜਿਸਟਰਡ ਹੋਇਆ ਗਿਰਵੀ ਬੁੱਕ ਦੇ ਵਿੱਚ? ਇਹ ਮਾਰਚ 'ਚ ਆਇਆ ਸੀਗਾ ਜੀ। ਮਾਰਚ। ਸਵੇਰਾ ਟਾਈਮਸ ਲਈ ਮੋਗਾ ਤੋਂ ਗੁਰਦੇਵ ਭਾਮ ਦੀ ਰਿਪੋਰਟ। ਖੰਨਾ ਦੇ ਬੱਸ ਸਟੈਂਡ ਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਤੋਂ ਬਚਾਉਣ ਲਈ ਮੁਫਤ ਮਾਸਕ ਅਤੇ ਸੈਨਾਟਾਈਜ਼ਰ ਦਾ ਲੰਗਰ ਲਗਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਨੂੰ ਡਰਨ ਦੀ ਜਗ੍ਹਾ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਲੋੜ ਹੈ ਤੇ ਮਾਸਕ ਅਤੇ ਸੈਨਾਟਾਈਜ਼ਰ ਨੂੰ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਖੰਨਾ ਦੇ ਬੱਸ ਸਟੈਂਡ ਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਦੁਨੀਆ 'ਚ ਫੈਲ ਰਹੇ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਫਤ ਮਾਸਕ ਅਤੇ ਸੈਨੀਟਾਈਜ਼ਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ SGPC ਦੇ ਸਾਬਕਾ ਸਕੱਤਰ ਦਿਲਮੇਗ ਸਿੰਘ ਖੱਟੜਾ, ਰਣਜੀਤ ਸਿੰਘ ਦਿੱਲੀ ਨੇ ਕਿਹਾ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਪਿਆ ਹੈ, ਜਿਸ ਦਾ ਇਲਾਜ ਵੀ ਨਹੀਂ ਹੈ ਤੇ ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਤੇ ਲੋਕਾਂ ਨੂੰ ਮਾਸਕ ਸੈਨੀਟਾਈਜ਼ਰ ਦੇਣ ਦੀ ਜ਼ਰੂਰਤ ਹੈ। ਸੰਸਾਰ ਭਰ ਤੇ ਕੋਰੋਨਾ ਵਾਇਰਸ ਦੀ ਬਿਮਾਰੀ ਮਹਾਂਮਾਰੀ ਦੇ ਤੌਰ ਤੇ ਉਭਰੀ ਆ, ਇਹਦੇ 'ਚ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿ ਲੋਕ ਆਪਣੇ ਹੱਥ ਸਾਫ਼ ਰੱਖਣ ਅਤੇ ਆਪਣਾ ਚੱਲਣ ਵੇਲੇ ਕਿਸੇ ਨਾਲ ਉਹਨਾਂ ਨੂੰ ਜਿਹੜੀ ਹਵਾ ਦਾ ਸਾਹ ਹੈ ਉਹ ਅਕਸੀਜਨ ਨਾ ਹੋਵੇ, ਉਹ ਮਾਸਕ ਵਰਤਣ, ਵਾਰ ਵਾਰ ਹੱਥ ਧੋਣ, ਕਿਉਂਕਿ ਤਾਂ ਕਿ ਇਹ ਵਾਇਰਸ ਜਿਹੜਾ ਇਹ ਹੋਰ ਨਾ ਫੈਲੇ। ਸਾਨੂੰ ਸਾਡਾ ਮੁਲਕ ਦੀ ਆਬਾਦੀ ਬਹੁਤ ਹੈ ਅਤੇ ਇਸ ਕਰਕੇ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ। ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਇਸ ਗੱਲ ਤੋਂ, ਕਿਉਂਕਿ ਸਾਡੇ ਸਾਰਿਆਂ ਦੇ ਬਚਾਅ ਲਈ ਹੈ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਹੱਥ ਸੈਨੇਟਾਈਜ਼ ਕਰਨੇ ਚਾਹੀਦੇ ਨੇ, ਮਾਸਕ ਵਰਤਣਾ ਚਾਹੀਦਾ ਅਤੇ ਮੂਵਮੈਂਟ ਨੂੰ ਘਟਾਉਣਾ ਚਾਹੀਦਾ ਤਾਂ ਕਿ ਇਹ ਜਿਹੜਾ ਤੀਜਾ ਹਫ਼ਤਾ ਹੁਣ ਸਾਡੇ ਇਹ ਹੋਰ ਨਾ ਵਧੇ, ਅਸੀਂ ਇਹ 'ਤੇ ਕੰਟਰੋਲ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਖੰਨੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਮਹਾਂਮਾਰੀ ਪੂਰੇ ਦੁਨੀਆ ਦੇ ਵਿੱਚ ਫੈਲ ਰਹੀ ਹੈ ਕੋਰੋਨਾ ਵਾਇਰਸ, ਉਹਨੂੰ ਆਪਾਂ ਰੋਕਥਾਮ ਵਾਸਤੇ ਆਪਾਂ ਨੂੰ ਐਡਵਾਂਸ ਕਦਮ ਚੱਕਣੇ ਪੈਣੇ ਨੇ, ਔਰ ਅੱਜ ਉਹਦੀ ਹੀ ਇੱਕ ਪਹਿਲ ਕੀਤੀ ਹੈ ਕਿ ਆਪਾਂ ਸਾਰੇ ਪੂਰੇ ਇਲਾਕੇ ਵਾਸੀਆਂ ਨੂੰ ਇਸ ਨੂੰ ਸੁਚੇਤ ਕਰੀਏ ਕਿ ਇਹਨੂੰ ਇਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਉਹਦੇ ਕਰਕੇ ਹੀ ਅੱਜ ਅਸੀਂ ਸੈਨੀਟਾਈਜ਼ਰ ਵਗੈਰਾ ਨਾਲ ਸਾਰਿਆਂ ਨੂੰ ਹੱਥ ਨੂੰ ਧੁਆ ਰਹੇ ਹਾਂ ਔਰ ਦੱਸ ਰਹੇ ਹਾਂ ਵੀ ਰੋਜ਼ ਆਪਣਾ 5-10 ਵਾਰੀ ਰੋਜ਼ ਸੈਨੀਟਾਈਜ਼ਰ ਨਾਲ ਹੱਥ ਧੋਵੋ, ਸਾਬਣ ਨਾਲ ਹੱਥ ਧੋਵੋ ਅਤੇ ਇਹਦੇ ਨਾਲ ਇਸ ਬਿਮਾਰੀ ਨੂੰ ਆਪਾਂ ਕੋਸ਼ਿਸ਼ ਕਰੀਏ ਕਿ ਇਕੱਠ ਨਾ ਜ਼ਿਆਦਾ ਕਰੀਏ, ਥੋੜ੍ਹੀ ਇਕੱਠ 'ਚ ਨਾ ਜਾਈਏ, ਪਬਲਿਕ ਟਰਾਂਸਪੋਰਟ ਘੱਟ ਯੂਜ਼ ਕਰੀਏ, ਉਹਦੇ ਕਰਕੇ ਆਪਾਂ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ। ਉਧਰ ਐਡਵੋਕੇਟ ਸਵਰਨ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਰਲ ਕੇ ਕੋਰੋਨਾ ਜਿਹੀ ਮਹਾਮਾਰੀ ਨਾਲ ਲੜਨ ਦੀ ਜ਼ਰੂਰਤ ਹੈ। ਮਾਸਕ ਅਤੇ ਸੈਨੀਟਾਈਜ਼ਰ ਵਰਗੇ ਲੰਗਰ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਸੰਧੂ ਸਾਹਿਬ, ਜਿਹੜਾ ਅੱਜ ਤੁਸੀਂ ਇੱਥੇ ਕੀ ਕੰਮ ਕਰ ਰਹੇ ਹੋ ਜੀ ਬੱਸ ਸਟੈਂਡ ਦੇ ਵਿੱਚ? ਅਸੀਂ ਜਿਹੜੀ ਬਹੁਤ ਭਿਆਨਕ ਬਿਮਾਰੀ ਵਰਲਡ ਦੇ ਵਿੱਚ ਲੱਗੀ ਪੈ ਗਈ ਹੈ, ਇਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬਹੁਤ ਮਾੜੀ ਬਿਮਾਰੀ ਡਿਕਲੇਅਰ ਕੀਤਾ, ਉਹਦੇ ਵਿੱਚ ਅਸੀਂ ਜਿਹੜਾ ਸਮਝੋ ਜਿਹੜੇ ਲੋਕ ਜਾਗਰੂਕ ਤਬਕਾ ਜਾਂ ਸਿਆਸੀ ਨੇ ਜਾਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਅੱਗੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਆਪਣੇ ਹਿੰਦੁਸਤਾਨ ਦੇ ਲੋਕਾਂ ਨੂੰ ਵੱਧ ਤੋਂ ਵੱਧ ਬਿਮਾਰੀ ਤੋਂ ਬਚਾ ਸਕੀਏ। ਅਤੇ ਅੱਜ ਇੱਥੇ ਕੀ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਅੱਜ ਅਸੀਂ ਆਪਣੇ ਸੈਨੀਟਾਈਜ਼ਰ ਹੈ ਇਹਦੇ ਨਾਲ ਹੱਥ ਧੋ ਕੇ ਜਾਂ ਇੱਦਾਂ ਧੋਣੇ ਆ, ਨਾਲ ਅਸੀਂ ਇੱਕ ਮਾਸਕ ਦਿੰਦੇ ਹਾਂ। ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹੋ ਜਿਵੇਂ ਪੰਜਾਬ ਦੇ ਵਿੱਚ ਇਹੋ ਜਿਹੇ ਲੰਗਰ ਲੱਗਣੇ ਚਾਹੀਦੇ ਨੇ ਜੇ ਮਾਸਕ ਦਿੱਤੇ ਜਾਣ, ਸੈਨੀਟਾਈਜ਼ਰ ਦਿੱਤੇ ਜਾਣ? ਜਦੋਂ ਭੁੱਖ ਦੀ ਲੋੜ ਆ ਉਦੋਂ ਭੁੱਖ ਵੇਲੇ ਦਿੱਤੇ ਨੇ ਚਾਹੀਦੇ ਨੇ, ਲੇਕਿਨ ਇਸ ਵੇਲੇ ਬਹੁਤ ਵੱਡੀ ਜ਼ਰੂਰਤ ਹੈ ਕਿਸਾਨਾਂ ਨੂੰ ਬਚਾਉਣ ਦੀ। ਉਹ ਸਾਰੀਆਂ ਜਿੱਥੇ ਹੋਰ ਚਾਹੇ ਧਾਰਮਿਕ ਨੇ ਚਾਹੇ ਸਿਆਸੀ ਨੇ, ਉਹਨਾਂ ਨੂੰ ਵੱਧ ਤੋਂ ਵੱਧ ਆਪਣੇ ਵੱਲੋਂ ਪਹਿਲ ਕਰਨੀ ਚਾਹੀਦੀ ਹੈ। ਠੀਕ ਹੈ। ਸਵੇਰਾ ਟਾਈਮਸ ਲਈ ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ। ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।